ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਤੁਹਾਡਾ? ਆਸ ਕਰਦੀਆਂ ਠੀਕ ਹੋਵੋਗੇ। ਅੱਜ ਆਪਾਂ ਆਪਣੀ ਕਿਚਨ ਦੇ ਵਿੱਚ ਬਣਾਵਾਂਗੇ ਉਹ ਬਚਪਨ ਵਾਲੇ ਕਚਾਲੂ ਜਿਹੜੇ ਆਪਾਂ ਅਖਬਾਰ ਦੇ ਉੱਤੇ ਲਾਲ ਚਟਨੀ ਪਾ ਕੇ ਖਾਂਦੇ ਹੁੰਦੇ ਸੀ। ਸਭ ਨੂੰ ਯਾਦ ਹੋਏਗਾ, ਬਹੁਤ ਹੀ ਟੇਸਟੀ ਲੱਗਦੇ ਸੀ। ਉਹਦਾ ਟੇਸਟ ਅੱਜ ਤੱਕ ਨਹੀਂ ਭੁੱਲਾ। ਉਹੋ ਜਿਹੇ ਕਚਾਲੂ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਬਹੁਤ ਹੀ ਟੇਸਟੀ ਬਣੇ ਸੀਗੇ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੋਨਾ ਢਿੱਲੋਂ ਕੁਕਿੰਗ ਵਲੌਗਸ ਵਿੱਚ। ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਨਾਲ ਬੈਲ ਬਟਨ ਜ਼ਰੂਰ ਦਬਾਓ ਤਾਂ ਕਿ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ, ਅਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ। ਆਓ ਫਿਰ ਦੇਖਦੇ ਹਾਂ। ਇਹਦੇ ਵਾਸਤੇ ਮੈਂ ਅੱਧਾ ਕਿਲੋ ਕਚਾਲੂ ਲਏ ਨੇ। ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਕਚਾਲੂ ਆ ਰਹੇ ਆ, ਅਤੇ ਅੱਜ ਕੱਲ੍ਹ ਬਰਸਾਤਾਂ ਦੇ ਵਿੱਚ ਬਹੁਤ ਦਿਲ ਕਰਦਾ ਹੈ ਕਰਾਰੇ ਕਰਾਰੇ ਕਚਾਲੂ ਖਾਣ ਨੂੰ। ਇੱਕ ਸੌਸ ਪੈਨ ਦੇ ਵਿੱਚ ਮੈਂ ਪਾਣੀ ਪਾ ਲਿਆ ਹੈ ਅਤੇ ਕਚਾਲੂ ਰੱਖ ਲਏ ਆ। ਆਪਾਂ ਇਹਨਾਂ ਨੂੰ ਉਬਾਲਾਂਗੇ। ਤੁਸੀਂ ਕੁੱਕਰ ਦੇ ਵਿੱਚ ਵੀ ਉਬਾਲ ਸਕਦੇ ਹੋ, ਪਰ ਕੁੱਕਰ ਦੇ ਵਿੱਚ ਕਈ ਵਾਰੀ ਓਵਰ ਕੁੱਕ ਹੋ ਜਾਂਦੇ ਆ, ਇਸ ਕਰਕੇ ਮੈਂ ਸੌਸ ਪੈਨ ਦੇ ਵਿੱਚ ਉਬਾਲ ਲਿਆ। ਲਓ ਜੀ, ਇਹ ਆਪਣੇ ਉਬਲ ਕੇ ਤਿਆਰ ਹੋ ਗਿਆ। 15-20 ਮਿੰਟ ਲੱਗੇ ਸੀਗੇ ਉਬਲਣ 'ਤੇ ਮੀਡੀਅਮ ਫਲੇਮ 'ਤੇ, ਅਤੇ ਹੁਣ ਆਪਾਂ ਇਹਨਾਂ ਨੂੰ ਚਾਕੂ ਦੀ ਹੈਲਪ ਨਾਲ ਛਿੱਲ ਲਵਾਂਗੇ ਸਾਰੇ। ਅਸੀਂ ਤਾਂ ਸਕੂਲੇ ਬਹੁਤ ਖਾਂਦੇ ਹੁੰਦੇ ਸੀ, ਜਿਹੜਾ ਉਹਨਾਂ ਦਾ ਕੱਟਣ ਦਾ ਸਟਾਈਲ ਹੁੰਦਾ ਸੀ ਉਹ ਤਾਂ ਬਹੁਤ ਹੀ ਵਧੀਆ ਹੁੰਦਾ ਸੀ। ਉਹ ਤਾਂ ਅੱਜ ਤੱਕ ਯਾਦ ਆ। ਉਹ ਟੇਸਟ ਤਾਂ ਨਹੀਂ ਲੱਭ ਸਕਦਾ ਆਪਾਂ ਨੂੰ, ਪਰ ਆਪਾਂ ਟਰਾਈ ਕੀਤੀ ਹੈ ਕਿ ਉਹੋ ਜਿਹਾ ਟੇਸਟ ਬਣਾਇਆ ਜਾਵੇ। ਇਹ ਥੋੜ੍ਹੇ ਜਿਹੇ ਹੁੰਦੇ ਆ ਉੱਬੜ ਖਾਬੜ ਜਿਹੇ, ਇਹਨਾਂ ਨੂੰ ਇਸ ਤਰ੍ਹਾਂ ਛਿੱਲਿਆ ਜਾਂਦਾ ਆ। ਤੁਸੀਂ ਵੀ ਜ਼ਰੂਰ ਬਣਾਇਓ, ਇਹ ਬੜੀ ਟੇਸਟੀ ਬਣਦੇ ਆ, ਸਾਰਿਆਂ ਨੂੰ ਬੱਚਿਆਂ ਨੂੰ ਵੱਡਿਆਂ ਨੂੰ ਬਹੁਤ ਪਸੰਦ ਆਉਂਦੇ ਆ। ਕੋਈ ਹੋਊਗਾ ਜਿਹੜਾ ਬਚਪਨ ਦੇ ਵਿੱਚ ਜਿਹਨੇ ਨਹੀਂ ਖਾਧੇ ਸਕੂਲੇ ਕਚਾਲੂ, ਅਖਬਾਰ ਦੇ ਉੱਤੇ ਪਾ ਕੇ ਉੱਤੇ ਲਾਲ ਚਟਨੀ ਪਾ ਕੇ ਬੜਾ ਹੀ ਨਜ਼ਾਰਾ ਆਉਂਦਾ ਸੀ। ਲਓ ਜੀ, ਹੁਣ ਆਪਾਂ ਕਚਾਲੂ ਆਪਣੇ ਛਿੱਲੇ ਗਏ, ਇਹਨਾਂ ਨੂੰ ਆਪਾਂ ਕੱਟ ਲਵਾਂਗੇ ਇੱਕ ਬੋਲ ਦੇ ਵਿੱਚ। ਪੀਸ ਤੁਸੀਂ ਆਪਣੇ ਹਿਸਾਬ ਨਾਲ ਵੱਡੇ ਛੋਟੇ ਕਰ ਸਕਦੇ ਹੋ। ਇਹ ਕਚਾਲੂ ਅਰਬੀ ਦੀ ਫੈਮਿਲੀ 'ਚੋਂ ਆ, ਇਹਨਾਂ ਦੇ ਵਿੱਚ ਕਾਰਬੋਹਾਈਡਰੇਟ ਕਾਫੀ ਮਾਤਰਾ 'ਚ ਹੁੰਦਾ ਹੈ। ਇਹ ਬਹੁਤ ਹੀ ਆਸਾਨ ਅਤੇ ਸਰਲ ਰੈਸਿਪੀ ਆ, ਜਿੰਨੀ ਇਹ ਸਰਲ ਆ ਉਨੀ ਹੀ ਟੇਸਟੀ ਆ। ਤੁਸੀਂ ਇਹ ਜ਼ਰੂਰ ਟਰਾਈ ਕਰਿਓ, ਬੱਚੇ ਵੀ ਦੇਖਿਓ ਕੌਲੀਆਂ ਭਰ ਭਰ ਕੇ ਖਾ ਜਾਣਗੇ। ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਤਾਂ ਕਚਾਲੂਆਂ ਦਲਾਂ ਰੋਟੀ ਵੀ ਖਾਧੀ ਜਾਂਦੀ ਸੀ, ਕਈ ਰੋਟੀ ਵੀ ਖਾ ਲੈਂਦੇ ਸੀ, ਉਹ ਵੀ ਬੜੀ ਟੇਸਟੀ ਲੱਗਦੀ ਸੀ। ਇਹ ਕੱਟਣ ਲੱਗਿਆਂ ਥੋੜ੍ਹੇ ਜਿਹੇ ਤਿਲਕਦੇ ਅਰਬੀ ਵਾਂਗੂ, ਇਸ ਲਈ ਧਿਆਨ ਨਾਲ ਥੋੜ੍ਹਾ ਕੱਟਿਓ। ਲਓ ਜੀ, ਕੱਟੇ ਗਏ ਆਪਣੇ ਕਚਾਲੂ। ਹੁਣ ਆਪਾਂ ਪਾਵਾਂਗੇ ਵਿੱਚ ਮਿਰਚ ਮਸਾਲੇ ਇਹਨੂੰ ਚਟਪਟਾ ਬਣਾਉਣ ਲਈ। ਇਹਦੇ ਵਿੱਚ 1/4 ਟੀਸਪੂਨ ਪਾਵਾਂਗੇ ਆਪਾਂ ਰੈਗੂਲਰ ਨਮਕ, ਅਤੇ 1/4 ਟੀਸਪੂਨ ਪਾਵਾਂਗੇ ਆਪਾਂ ਕਾਲਾ ਨਮਕ, ਅਤੇ ਅੱਧਾ ਚਮਚ ਪਾਵਾਂਗੇ ਜੀਰਾ, ਜੀਰਾ ਪਾਊਡਰ ਆ ਇਹ ਰੋਸਟਡ ਜੀਰਾ ਪਾਊਡਰ, ਅਤੇ 1/4 ਟੀਸਪੂਨ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ। ਇਹਦੇ ਨਾਲ ਥੋੜ੍ਹਾ ਜਿਹਾ ਕਲਰ ਵਧੀਆ ਆ ਜਾਏਗਾ ਅਤੇ ਥੋੜ੍ਹਾ ਸਪਾਈਸੀ ਵੀ ਹੋ ਜਾਏਗਾ। ਅਤੇ ਨਾਲ ਹੀ ਆਪਾਂ ਪਾਵਾਂਗੇ ਅੱਧਾ ਚਮਚ ਇਹਦੇ ਵਿੱਚ ਚਾਟ ਮਸਾਲਾ। ਜੇ ਤੁਸੀਂ ਚਾਟ ਮਸਾਲਾ ਪਾ ਰਹੇ ਹੋ ਇਸ ਲਈ ਨਮਕ ਜਿਹੜਾ ਥੋੜ੍ਹਾ ਧਿਆਨ ਨਾਲ ਪਾਇਓ। ਇਹਦੇ ਵਿੱਚ ਪਾਵਾਂਗੇ ਇੱਕ ਮਿਰਚ, ਮੈਂ ਬਿਲਕੁਲ ਬਰੀਕ ਬਰੀਕ ਕੱਟੀ ਹੋਈ ਉਹ ਪਾਈ ਹੋਈ ਆ, ਅਤੇ ਇਮਲੀ ਦਾ ਪਲਪ ਕੱਢਿਆ ਹੋਇਆ, ਇਮਲੀ ਨੂੰ ਭਿਉਂ ਕੇ ਰੱਖ ਲਿਆ ਸੀ ਮੈਂ ਅੱਧਾ ਘੰਟਾ, ਉਸ ਤੋਂ ਬਾਅਦ ਮਸਲ ਕੇ ਇਹਦਾ ਪਲਪ ਕੱਢ ਲਿਆ ਸੀਗਾ, ਇਹ ਮੈਂ ਪਾਇਆ 4 ਟੇਬਲ ਸਪੂਨ। ਖੱਟਾ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਹੋ। ਚੰਗੀ ਤਰ੍ਹਾਂ ਇਹਨੂੰ ਕਰ ਦਵਾਂਗੇ ਮਿਕਸ ਮਿਕਸ ਮਿਕਸ, ਅਤੇ ਹੁਣ ਆਪਾਂ ਵੇਖਾਂਗੇ ਟੇਸਟ। ਇਹਦੇ ਵਿੱਚ ਤੁਸੀਂ ਪਿਆਜ਼ ਵੀ ਪਾ ਸਕਦੇ ਹੋ ਜਾਂ ਹੋਰ ਮਿਰਚ ਮਸਾਲਾ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਪਾ ਸਕਦੇ ਹੋ। ਜੇ ਬੱਚਿਆਂ ਲਈ ਬਣਾ ਰਹੇ ਹੋ
ਤਾਂ ਇਕੱਲਾ ਚਾਟ ਮਸਾਲਾ ਅਤੇ ਜੀਰਾ ਪਾਊਡਰ ਨਾਲ ਵੀ ਤੁਸੀਂ ਬਣਾ ਸਕਦੇ ਹੋ। ਨਮਕ ਥੋੜ੍ਹਾ ਜਿਹਾ ਘੱਟ ਲੱਗ ਰਿਹਾ ਸੀ, ਥੋੜ੍ਹਾ ਜਿਹਾ ਨਮਕ ਮੈਂ ਹੋਰ ਪਾਇਆ ਅਤੇ ਥੋੜ੍ਹੀ ਜਿਹੀ ਮੈਨੂੰ ਖੱਟਾ ਵੀ ਘੱਟ ਲੱਗ ਰਿਹਾ ਸੀ, ਇਸ ਲਈ ਮੈਂ 2-3 ਟੇਬਲ ਸਪੂਨ ਇਮਲੀ ਦਾ ਪਲਪ ਹੋਰ ਪਾਇਆ। ਇਹ ਨਾਲੇ ਖਾਣੇ ਹਾਜ਼ਮੇਦਾਰ ਬੜੇ ਹੁੰਦੇ ਆ, ਪੇਟ ਵਾਸਤੇ ਬਹੁਤ ਵਧੀਆ ਆ, ਡਾਈਜੈਸਟਿਵ ਸਿਸਟਮ ਇਹਦੇ ਨਾਲ ਬਹੁਤ ਵਧੀਆ ਹੋ ਜਾਂਦਾ। ਹੁਣ ਆਪਾਂ ਕਰਾਂਗੇ ਸਰਵ ਇੱਕ ਟ੍ਰੇ ਦੇ ਵਿੱਚ। ਦੇਖੋ ਕਿੰਨੇ ਟੈਂਪਟਿੰਗ ਲੱਗ ਰਹੇ ਆ। ਪਹਿਲਾਂ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵੇਚਣ ਆਉਂਦੇ ਸੀਗੇ, ਹੁਣ ਤਾਂ ਬਹੁਤ ਟਾਵੇਂ ਟਾਵੇਂ ਨਜ਼ਰ ਆਉਂਦੇ ਆ ਕੋਈ ਕੋਈ। ਮੇਰੇ ਕਹਿਣ 'ਤੇ ਤੁਸੀਂ ਵੀ ਲਿਆ ਕੇ ਬਣਾਓ, ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬਹੁਤ ਵਧੀਆ ਕਚਾਲੂ ਬਹੁਤ ਵਧੀਆ ਆ ਰਹੇ ਆ। ਜੇ ਤੁਸੀਂ ਚਾਹੋ ਇਹਦੇ ਵਿੱਚ ਬਿਲਕੁਲ ਬਰੀਕ ਬਰੀਕ ਕੱਟ ਕੇ ਪਿਆਜ਼ ਵੀ ਪਾ ਸਕਦੇ ਹੋ ਜੇ ਤੁਸੀਂ ਲਾਈਕ ਕਰਦੇ ਹੋ, ਨਹੀਂ ਤਾਂ ਇੰਝ ਵੀ ਬਹੁਤ ਹੀ ਟੇਸਟੀ ਲੱਗਦੇ ਆ। ਯਕੀਨ ਮੰਨਿਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਸੀਗੇ, ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾਇਓ। ਇਹਨਾਂ ਨੂੰ ਖਾ ਕੇ ਸੱਚੀ ਪੁਰਾਣਾ ਸਮਾਂ ਚੇਤੇ ਆ ਗਿਆ। ਟੂਥਪਿਕ ਮੈਂ ਲਗਾ ਕੇ ਸੈੱਟ ਕਰ ਦਿੱਤੇ ਆ, ਕਾਂਟੇ ਨਾਲ ਇਹਨੂੰ ਖਾਣ ਦਾ ਮਜ਼ਾ ਨਹੀਂ ਆਉਂਦਾ, ਟੂਥਪਿਕ ਨਾਲ ਹੀ ਵਧੀਆ ਲੱਗਦੇ ਆ। ਅਤੇ ਕਚਾਲੂ ਖਾਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ, ਠੀਕ ਹੈ ਜੀ। ਅਤੇ ਸਬਸਕ੍ਰਾਈਬ ਕਰਨ ਲੱਗੇ ਬੈਲ ਬਟਨ ਜ਼ਰੂਰ ਦਬਾਉਣਾ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ, ਠੀਕ ਹੈ ਜੀ। ਤੁਸੀਂ ਵੀ ਬਣਾਓ, ਖਾਓ, ਬਰਸਾਤਾਂ ਦਾ ਆਨੰਦ ਲਓ, ਬੱਚਿਆਂ ਨੂੰ ਵੀ ਖਵਾਓ, ਖੁਸ਼ ਕਰੋ ਸਾਰਿਆਂ ਨੂੰ। ਓਕੇ ਜੀ, ਬਾਏ, ਲਵ ਯੂ ਆਲ।